ਭਾਰਤੀ ਕਿਸਾਨ ਯੂਨੀਅਨ ਕਿੰਨੇ ਪਿੰਡਾਂ ਦੇ ਅੱਜ ਫੈਸਲਾ ਕੀਤਾ, ਜਿਹੜਾ ਮਤਾ ਪਾਇਆ ਵੀ ਅਸੀਂ ਪਰਾਲੀ ਸਾੜਾਂਗੇ? ਅੱਜ ਜੀ ਤਕਰੀਬਨ ਇੱਥੇ 12 ਪਿੰਡਾਂ ਦੇ ਬੰਦੇ ਲੋਕ ਇਕੱਠੇ ਹੋਏ ਨੇ, ਅਤੇ ਅਸੀਂ ਨਹੀਂ ਬੁਲਾਏ, ਇਹ ਆਪਣੀ ਤਕਲੀਫ ਨੂੰ ਇੱਥੇ ਇਕੱਠੇ ਹੋਏ ਨੇ, ਕਿਉਂਕਿ ਪਰਾਲੀ ਸਾੜਨ ਤੋਂ ਬਗੈਰ ਹੱਲ ਹੀ ਕੋਈ ਨੀਗਾ। ਇਸ ਕਰਕੇ ਇਹਨਾਂ ਨੇ ਸਾਨੂੰ ਬੁਲਾਇਆ, ਅਸੀਂ ਇੱਥੇ ਇਹਨਾਂ ਦੇ ਸੱਦੇ 'ਤੇ ਇਕੱਠੇ ਹੋਏ ਹਾਂ, ਅਤੇ ਅਸੀਂ ਇਹਨਾਂ ਦੇ ਨਾਲ ਖੜ੍ਹੇ ਹਾਂ। ਬਿਲਕੁਲ, ਕੱਲ੍ਹ ਨੂੰ ਕੇਸ ਹੁੰਦੇ ਆ, ਕੁਛ ਹੋਵੇ, ਅਸੀਂ ਇਹਨਾਂ ਦੇ ਨਾਲ ਖੜ੍ਹੇ ਹਾਂ ਸਾਰੇ ਬੰਦਿਆਂ ਦੇ। ਸਰਕਾਰ ਬੰਦੇ ਨੂੰ ਐਡੇ ਦਾਅਵੇ ਕਰਦੀ ਆ, ਮਸ਼ੀਨ ਚਲਾ ਦਿੱਤੀ ਗਈ ਆ ਕਿ ਅਸੀਂ ਕਿਸਾਨਾਂ ਨੂੰ ਦੇਵਾਂਗੇ, ਤੁਹਾਨੂੰ ਕੀ ਲੱਗਦਾ ਕਿ ਉਹ ਸੇਫ ਫੇਲ? ਨੈਸ਼ਨਲ ਗਰੀਨ ਟ੍ਰਿਬਿਊਨਲ ਨੇ 2015 ਦੇ ਵਿੱਚ ਫੈਸਲਾ ਦਿੱਤਾ ਸੀ, ਅਤੇ ਉਹਨੇ ਜਿਹੜਾ ਫੈਸਲਾ ਦਿੱਤਾ ਉਹ ਫੈਸਲਾ ਲਾਗੂ ਨਹੀਂ, ਅੱਧਾ ਕਰ ਰਹੇ ਅੱਧਾ ਨਹੀਂ ਕਰਦੇ, ਕਿਉਂਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਇਹ ਕਿਹਾ ਸੀ ਵੀ ਕਿਸਾਨਾਂ ਨੂੰ ਜੇ ਤੁਸੀਂ ਅੱਗ ਲਾਉਣ ਤੋਂ ਰੋਕਣਾ ਹੈ ਤਾਂ ਜਿਹੜਾ 2.5 ਏਕੜ ਦਾ ਕਿਸਾਨ ਉਹਨੂੰ ਮੁਫਤ, ਜਿਹੜਾ 5 ਏਕੜ ਦਾ ਉਹਦੇ ਕੋਲ 5,000 ਰੁਪਈਆ ਲੈਣਾ ਹੈ, ਅਤੇ ਜਿਹੜਾ ਵੱਧ ਆ ਭਾਵੇਂ ਉਹ ਕਿੰਨੀ ਵੀ ਜ਼ਮੀਨ ਵਾਲਾ ਹੈ, 25,000 ਤੋਂ ਵੱਧ ਕਿਸੇ ਕੋਲੋਂ ਵੀ ਤੁਸੀਂ ਪੈਸਾ ਨਹੀਂ ਲੈਣਾ, ਅਤੇ ਉਹਨਾਂ ਨੂੰ ਮਸ਼ੀਨ ਭਾਵੇਂ 4 ਲੱਖ ਦੀ ਆ 5 ਲੱਖ ਦੀ ਉਹ ਮਸ਼ੀਨ ਦੇਣੀ ਆ, ਪਰ ਸਰਕਾਰ ਨੇ ਅੱਗ ਲਾਉਣ ਵਾਲੇ ਪਾਸੇ ਤਾਂ ਕਿਸਾਨਾਂ ਨੂੰ ਬੂਥਾ ਚਾੜ ਦਿੱਤਾ ਵੀ ਅਸੀਂ ਨਹੀਂ ਲਾਉਣ ਦਿੰਦੇ, ਦੂਜੇ ਪਾਸੇ ਜਿਹੜਾ ਸਰਕਾਰ ਦਾ ਕੰਮ ਸੀ ਵੀ ਮਸ਼ੀਨਰੀ ਦੇਣਾ, ਉਹ ਕਿਸੇ ਪਿੰਡ ਵਿੱਚ ਵੀ ਇੱਕ ਵੀ ਨਹੀਂ ਦਿੱਤੀ। ਆ ਸਾਡੀ 4 ਤਰੀਕ ਦੀ ਮੀਟਿੰਗ ਸੀ, ਮੀਟਿੰਗ ਨਹੀਂ ਪੇਸ਼ੀ ਸੀ ਉੱਥੇ ਗਰੀਨ ਟ੍ਰਿਬਿਊਨਲ ਦੇ, ਉੱਥੇ ਅਸੀਂ ਜੱਜ ਸਾਹਿਬ ਨੂੰ ਰਾਜੇਵਾਲ ਜੀ ਨੇ ਕਿਹਾ ਵੀ ਇਹ ਸਾਬਤ ਕਰ ਦੇਣ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਕਿਸਾਨ ਨੂੰ ਇਹਨਾਂ ਨੇ ਮਸ਼ੀਨਰੀ ਦਿੱਤੀ ਹੋਵੇ, ਅਤੇ ਉਹ ਸਾਬਤ ਨਹੀਂ ਕਰ ਸਕੇ, ਨੀਵੀਆਂ ਪਾਉਂਦੇ ਸੀ। ਅੱਜ ਫਿਰ ਗਰੀਨ ਟ੍ਰਿਬਿਊਨਲ ਨੇ ਅੱਜ ਫਿਰ ਤਰੀਕ ਦਿੱਤੀ ਹੋਈ, ਅੱਜ 11 ਦੀ ਤਰੀਕ ਆ, ਉੱਥੇ ਉਹਨਾਂ ਨੇ ਆਪਣਾ ਪੱਖ ਪੇਸ਼ ਕਰਨਾ। ਸਾਡਾ ਅੱਜ ਵੀ 1,000 ਬੰਦਾ ਉੱਥੇ ਗਿਆ ਹੋਇਆ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਪੇਸ਼ੀ ਭੁਗਤਣ, ਅਤੇ ਅੱਜ ਫੈਸਲਾ ਹੋ ਜੂਗਾ ਕੀ ਹੋ ਜੂਗਾ। ਇਹ ਆ ਵੀ ਕਿਸਾਨ ਤਾਂ ਅੱਗੇ ਮਰ ਰਿਹਾ, ਖੁਦਕੁਸ਼ੀਆਂ ਕਰ ਰਿਹਾ। ਸਾਰੇ ਹੀ ਅੱਜ ਜਿਹੜੇ ਆ 200 ਕਿਸਾਨ ਦੇ ਕਰੀਬ ਅੱਜ ਇੱਥੇ ਕਿਸਾਨ ਆ, ਬਾਕੀ ਅਸੀਂ ਇਸੇ ਤਰ੍ਹਾਂ ਹੀ ਸਾਨੂੰ ਸਾਰੇ ਪਿੰਡਾਂ ਦੇ ਵਿੱਚ 15-15 ਪਿੰਡਾਂ ਦੇ ਲੋਕ ਇਕੱਠੇ ਹੋ ਕੇ ਸਾਨੂੰ ਮਜਬੂਰ ਕਰਦੇ, ਸਾਡੇ ਨਾਲ ਤੁਰੋ, ਅਸੀਂ ਸਾਰਿਆਂ ਦੇ ਨਾਲ ਖੜ੍ਹੇ ਹਾਂ, ਅਤੇ ਅੱਗ ਅਸੀਂ ਇਸ ਤਰ੍ਹਾਂ ਲਵਾਂਗੇ, ਕਿਉਂਕਿ ਇਹਦੇ ਬਗੈਰ ਹੱਲ ਹੀ ਕੋਈ ਨਹੀਂ ਗਾ। ਜੇ ਸਰਕਾਰ ਅੱਗ ਨਹੀਂ ਲਵਾਉਣਾ ਚਾਹੁੰਦੀ, ਅਸੀਂ ਵੀ ਨਹੀਂ ਚਾਹੁੰਦੇ ਅੱਗ ਲੱਗੇ, ਪਰ ਸਰਕਾਰ ਜਿਹੜਾ ਮਸ਼ੀਨਰੀ ਆ। ਨਾਮ ਗੁਰਚਰਨ ਸਿੰਘ, ਪਿੰਡ ਪਰੌੜ, ਜਰਨਸਕਤ, ਜ਼ਿਲ੍ਹਾ ਪਟਿਆਲਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਔਰ ਨਾਲ ਬਲਾਕ ਪ੍ਰਧਾਨ ਭੁੰਨੜੀ। ਜਿਹੜਾ ਤੁਸੀਂ ਅੱਜ ਫੈਸਲਾ ਕਰਿਆ ਵੀ ਅੱਗ ਲਗਾਉਣ ਦਾ, ਕਿੰਨੇ ਕਿਸਾਨ ਨੇ, ਕਿੰਨੇ ਕਿਸਾਨਾਂ ਦਾ ਮਤਾ ਪਾਇਆ ਗਿਆ ਅੱਜ ਰਿਕਾਰਡ ਦੇ ਵਿੱਚ ਵੀ ਅਸੀਂ ਅੱਗ ਲਗਾਵਾਂਗੇ ਪਰਾਲੀ ਨੂੰ? ਮਤਾ ਤਾਂ ਇੱਥੇ ਸਰਪੰਚ ਸਾਹਿਬ ਨੇ ਪਾਇਆ, ਤਾਂ ਆਪਣੇ ਆਪ ਲੋਕਾਂ ਨੇ ਮਤੇ ਪਾਏ ਨੇ ਔਰ ਇਕੱਠਿਆਂ ਹੋ ਕੇ ਮਤਾ ਪਾਇਆ, ਕਿਉਂਕਿ ਕਿਸਾਨ ਦੀ ਇਹ ਮਜਬੂਰੀ ਹੈ। ਜੋ ਫੈਸਿਲਿਟੀ ਕਿਸਾਨ ਨੂੰ ਸਰਕਾਰ ਵੱਲੋਂ ਮੁਹੱਈਆ ਕਰਾਈ ਜਾਣੀ ਸੀ ਉੱਥੋਂ ਸਰਕਾਰ ਭੱਜ ਚੁੱਕੀ ਆ। ਲਗਭਗ ਇਹ ਜਿਹੜੀ 5 ਏਕੜ ਤੋਂ ਲੈ ਕੇ ਜਾਂ ਇਸ ਤੋਂ ਘੱਟ ਏਕੜ ਵਾਲਾ ਸਾਰਾ ਇੰਤਜ਼ਾਮ ਜਿਹੜਾ ਸਰਕਾਰ ਨੇ ਕਰਨਾ ਸੀ, ਉੱਥੇ ਸਰਕਾਰ ਨੇ ਕੀਤਾ ਨਹੀਂ। ਆ ਹੁਣ ਸਰਕਾਰ ਜਦੋਂ 4 ਤਰੀਕ ਦੀ ਪੇਸ਼ੀ ਸੀ NGT 'ਤੇ, ਉਸ ਤੋਂ ਬਾਅਦ ਆ ਕੇ ਉਹਨਾਂ ਨੇ ਇੱਕ ਫੈਸਲਾ ਲਿਆ। ਉਸ ਫੈਸਲੇ ਦੇ ਵਿੱਚ ਉਹਨਾਂ ਨੇ ਸਿਰਫ਼ ਅਤੇ ਸਿਰਫ਼ ਪਟਿਆਲਾ ਜ਼ਿਲ੍ਹਾ ਜਿਹੜਾ ਇਹ ਚੋਇਸ ਕੀਤੀ ਆ, ਔਰ ਪਟਿਆਲੇ ਜ਼ਿਲ੍ਹੇ ਦੇ ਵਿੱਚ ਨਾਭਾ ਬਲਾਕ ਦੇ 2 ਪਿੰਡ, ਭੁੰਨੜੀ ਬਲਾਕ ਦੇ 2 ਪਿੰਡ, ਬਾਕੀ ਬਲਾਕਾਂ 'ਚੋਂ ਇੱਕ ਇੱਕ ਉਹਨਾਂ ਨੇ ਪਿੰਡ ਲਿਆ। ਹੁਣ ਸਾਡੇ ਨੇੜੇ ਆ ਬਿਲਕੁਲ ਭੁੰਨੜੀ ਪਿੰਡ, ਇਹ ਪਿੰਡ ਉਹਨਾਂ ਨੇ ਅਡੋਪਟ ਕੀਤਾ। ਅਜੇ ਤੱਕ ਇਸ ਪਿੰਡ ਦੇ ਵਿੱਚ ਵੀ ਕੋਈ ਹਲਚਲ ਉਹਨਾਂ ਦੀ ਨਹੀਂ ਹੋਈ, ਕੋਈ ਉੱਥੇ ਮਸ਼ੀਨ ਨਹੀਂ ਆਈ, ਕੋਈ ਕਟਰ ਨਹੀਂ ਆਇਆ, ਕੋਈ ਚੋਪਰ ਨਹੀਂ ਆਇਆ, ਕੋਈ ਉੱਥੇ ਪੰਡਾ ਮੰਨਣ ਵਾਲੀ ਜਿਹੜਾ ਬੇਲਰ ਹੈ ਕੋਈ ਉੱਥੇ ਤੱਕ ਨਹੀਂ ਪਹੁੰਚਿਆ। ਬਿਲਕੁਲ ਖੋਖਲੇ, ਬਿਲਕੁਲ ਖੋਖਲੇ ਨੇ ਕਿਸਾਨ। ਇਹਨਾਂ ਤੋਂ ਅੱਕ ਚੁੱਕਾ ਹੋਇਆ ਹੈ ਕਿ ਜਿਵੇਂ ਸਰਕਾਰਾਂ ਅੱਗੇ ਝੂਠੇ ਵਾਅਦੇ ਕਰਕੇ ਇਹ ਵੋਟਾਂ ਲੈ ਜਾਂਦੀਆਂ ਨੇ, ਇਸੇ ਤਰ੍ਹਾਂ ਕਿਸਾਨ ਨੂੰ ਗੁੰਮਰਾਹ ਕਰਨ ਨਾਲ ਡਰਾ ਰਹੀਆਂ ਨੇ ਕਿਸਾਨ ਨੂੰ।
ਇਹ ਧਮਕੀਆਂ ਦੇ ਰਹੇ ਨੇ ਕਿ ਤੁਹਾਡੇ 'ਤੇ ਲਾਲ ਅੱਖਰਾਂ ਨਾਲ ਲਿਖ ਦਿਆਂਗੇ, ਤੁਹਾਡੇ 'ਤੇ ਪਰਚੇ ਹੋਣਗੇ, ਕੁਛ ਹੋਣਗੇ। ਕਿਸਾਨ ਮਜਬੂਰ ਹੋ ਗਿਆ ਕਿ ਸਰਕਾਰ ਜਿਹੜੇ ਡਰਾਵੇ ਦਿੰਦੀ ਹੈ, ਆਪਦੇ ਵਹਿਦੇ ਪੂਰੇ ਨਹੀਂ ਕਰਦੀ। ਸਰਕਾਰ ਕੋਲੋਂ ਲੋਕਾਂ ਨੂੰ ਆਸ ਹੁੰਦੀ ਹੈ ਨਿਆਂ ਦੀ, ਸਰਕਾਰ ਨਿਆਂ ਨਹੀਂ ਦੇ ਰਹੀ ਲੋਕਾਂ ਨੂੰ, ਸਗੋਂ ਸਰਕਾਰ ਧੱਕਾ ਕਰ ਰਹੀ ਹੈ। ਹਾਂ ਬਿਲਕੁਲ ਬਿਲਕੁਲ ਗੱਲ ਠੀਕ ਹੈ ਕਿ ਇਹ ਚਾਹੀਦਾ ਤਾਂ ਸਰਕਾਰ ਨੂੰ ਉਹੀ ਸੀ ਵੀ ਜਿਵੇਂ ਸੜਕਾਂ ਦੇ ਉੱਤੇ ਪ੍ਰਦੂਸ਼ਣ ਹੈ, ਗੱਡੀਆਂ ਮੋਟਰਾਂ ਦਾ ਪ੍ਰਦੂਸ਼ਣ ਹੈ, ਭੱਠਿਆਂ ਦਾ ਪ੍ਰਦੂਸ਼ਣ ਹੈ, ਇੰਡਸਟਰੀ ਦਾ ਪ੍ਰਦੂਸ਼ਣ ਹੈ, ਏਸੀ ਦਾ ਪ੍ਰਦੂਸ਼ਣ ਹੈ, ਆਵਾਜ਼ ਸ਼ੋਰ ਪ੍ਰਦੂਸ਼ਣ ਹੈ, ਅਨੇਕਾਂ ਕਿਸਮ ਦੇ ਜਿਹੜੇ ਪ੍ਰਦੂਸ਼ਣ ਹੈ, ਉਹਨਾਂ 'ਤੇ ਸਰਕਾਰ ਨੇ ਕੁਛ ਕੀਤਾ ਨਹੀਂ ਹੈ। ਅਤੇ ਇਕੱਲੇ ਜ਼ਿਮੀਂਦਾਰ ਜਿਹੜਾ ਅੱਗੇ ਪਹਿਲਾਂ ਹੀ ਖੁਦਕੁਸ਼ੀਆਂ ਕਰ ਰਿਹਾ, ਉਸ ਨੂੰ ਹੋਰ ਮਾਰਨ ਦੇ ਰਾਹ ਤੁੱਲੀ ਹੋਈ ਹੈ। ਪਰ ਇੱਕ ਮੈਂ ਤੁਹਾਨੂੰ ਗੱਲ ਯਾਦ ਦਵਾ ਦਿਆਂ, 4 ਅਕਤੂਬਰ ਵਾਲੇ ਦਿਨ ਜਿਹੜੇ ਦਿਨ ਪੇਸ਼ੀ ਸੀ, ਉਸ ਦਿਨ ਮਾਣਯੋਗ ਜਿਹੜੇ ਜੱਜ ਸਹਿਮਾਨ NGT ਕੋਰਟ ਦੇ ਨੇ, ਉਹਨਾਂ ਦੇ ਮੂੰਹ ਇੱਕ ਇਹ ਲਫ਼ਜ਼ ਨਿਕਲਿਆ ਸੀ ਕਿ ਅਸੀਂ ਕਿਸਾਨ ਨੂੰ ਮਰਵਾ ਨਹੀਂ ਸਕਦੇ, ਕਿਉਂਕਿ 5 ਏਕੜ ਦਾ ਜਿਹੜਾ ਕਿਸਾਨ ਹੈ ਉਹ 70% ਗਿਣਤੀ ਦੇ ਵਿੱਚ ਹੈ, ਉਸ ਦੇ ਕੋਲ ਆਪਣਾ ਕੋਈ ਸਾਧਨ ਨਹੀਂ ਹੈ। ਕਿ ਪੰਜਾਬ ਮੇ ਲਗਭਗ 60 ਲੱਖ ਏਕੜ ਮੇ ਧਾਨ ਕੀ ਰੁਪਾਈ ਹੋਤੀ ਹੈ, ਔਰ ਉਸਮੇ ਯੇ ਬਹੁਤ ਬੜਾ ਇਸ਼ੂ ਹੈ ਕਿ ਇਸਕੋ ਹਾਰਵੈਸਟਿੰਗ ਕੇ ਬਾਅਦ ਹਮਾਰੇ ਪਾਸ ਜੋ ਇਸਕਾ ਸਟ੍ਰੋ ਬਚਤਾ ਹੈ ਉਸਕੀ ਮੈਨੇਜਮੈਂਟ ਕਾ ਇੱਕ ਬਹੁਤ ਬੜਾ ਇਸ਼ੂ ਹੈ। ਤੋ ਲੋਕ ਉਸਕੀ ਮੈਨੇਜ ਕਰਨੇ ਕੇ ਲੀਏ ਉਸਕੋ ਆਗ ਲਗਾ ਦੇਤੇ ਹੈ। ਤੋ NGT ਕੀ ਤਰਫ ਸੇ, ਪੰਜਾਬ ਸਰਕਾਰ ਕੀ ਤਰਫ ਸੇ, ਓਨੇਬਲ ਕੋਰਟਸ ਕੀ ਤਰਫ ਸੇ ਇਸਕੇ ਉੱਪਰ, ਇਸਕੋ ਜਲਾਨੇ ਕੇ ਉੱਪਰ ਬੈਨ ਲਗਾ ਹੁਆ ਹੈ। ਤੋ ਹਮ ਉਸ ਬੈਨ ਕੋ ਜੋ ਹੈ ਬਹੁਤ ਅੱਛੀ ਤਰ੍ਹਾਂ ਸੇ ਇਨਸ਼ੋਰ ਕਰ ਰਹੇ ਹੈ ਕਿ ਇੰਪਲੀਮੈਂਟੇਸ਼ਨ ਹੋ ਉਸਕੀ। ਇਸਕੇ ਲੀਏ ਹਮਨੇ ਬਹੁਤ ਬੜੇ ਲੈਵਲ ਪੇ ਅਵੇਅਰਨੈਸ ਕੰਪੇਨ ਸ਼ੁਰੂ ਕੀ ਹੋਈ ਹੈ, ਫਾਰਮਰਸ ਕੋ ਬਤਾਤੇ ਹੈ ਕਿ ਇਸਕੋ ਜਲਾਨੇ ਕਾ ਕਿਆ ਨੁਕਸਾਨ ਹੈ, ਜਹਾਂ ਇਸਕੋ ਜਲਾਨੇ ਸੇ ਇਸਕੀ ਜੋ ਫਰਟੀਲਾਈਜ਼ਰ ਵਗੈਰਾ ਹੈ, ਜੋ ਧਰਤੀ ਕੀ ਕੁਆਲਿਟੀ ਹੈ ਵੋ ਖਰਾਬ ਹੋਤੀ ਹੈ, ਉਸਕੇ ਸਾਥ ਹੀ ਸਾਥ ਇਸਕਾ ਬਹੁਤ ਜ਼ਿਆਦਾ ਪੋਲਿਊਸ਼ਨ ਹੋਤਾ ਹੈ, ਕਾਰਬਨ ਡਾਈਆਕਸਾਈਡ ਨਿਕਲਤੀ ਹੈ, ਕਾਰਬਨ ਮੋਨੋਆਕਸਾਈਡ ਨਿਕਲਤੀ ਹੈ, ਕੋਈ ਪਾਰਟੀਕਲੇਟ ਮੈਟਰ ਨਿਕਲਤਾ ਹੈ। ਤੋ ਵੋ ਸਾਰਾ ਕੁਛ ਹਮ ਕਿਸਾਨੋ ਕੋ ਬਤਾਤੇ ਹੈ, ਔਰ ਕਾਫੀ ਕਿਸਾਨ ਹੈ ਜੋ ਇਸਕੋ ਮਾਨ ਚੁੱਕੇ ਹੈ ਹਮਾਰੇ ਸਾਥ। ਦੂਸਰਾ ਹੈ ਇਸਕੋ ਮੈਨੇਜ ਕਰਨੇ ਕੇ ਲੀਏ ਬਹੁਤ ਬੜੇ ਲੈਵਲ ਪੇ ਹਮਨੇ ਟੈਕਨੋਲੋਜੀਕਲ ਇੰਟਰਵੈਂਸ਼ਨ ਕੀ ਹੈ, ਬਹੁਤ ਮਸ਼ੀਨਰੀ ਐਸੀ ਆ ਗਈ ਹੈ, ਜੈਸੇ ਜੋ ਕੰਬਾਈਨ ਹਾਰਵੈਸਟਰਸ ਹੈ ਉਨ ਪੇ ਹਮਨੇ ਸੁਪਰ ਮੈਨੇਜਮੈਂਟ ਸਿਸਟਮ ਲਗਾਏ ਹੈ, ਜੋ ਕਿ 1 ਲੱਖ ਰੁਪਏ ਕਾ ਲਗਤਾ ਹੈ, ਜਿਸਮੇ 50% ਕੇ ਜੋ ਹੈ ਵੋ ਸਬਸਿਡੀ ਪੰਜਾਬ ਸਰਕਾਰ ਕੀ ਤਰਫ ਸੇ ਦੀ ਜਾਤੀ ਹੈ। ਉਸਕੇ ਇਲਾਵਾ ਹਮਾਰੇ ਪਾਸ ਮਲਚਰ ਹੈ, ਉਸਕੇ ਇਲਾਵਾ ਹਮਾਰੇ ਪਾਸ ਕੋਈ ਹੈਪੀ ਸੀਡਰਸ ਹੈ, ਕਾਫੀ ਮਸ਼ੀਨਰੀ ਲੋਕੋਂ ਕੋ ਦੀ ਹੈ, ਜਿਸ ਪੇ 50% ਸਬਸਿਡੀ ਪੰਜਾਬ ਸਰਕਾਰ ਦੇਤੀ ਹੈ। ਤੀਸਰਾ ਹੈ ਕਿ ਹਮਨੇ ਐਡਮਿਨਿਸਟ੍ਰੇਟਿਵ ਮਈਅਰਸ ਲੀਏ ਹੈ, ਜਿਸਮੇ ਲਿਖਾ ਗਿਆ ਹੈ ਕਿ ਕੋਈ ਵੀ ਗਵਰਨਮੈਂਟ ਇੰਪਲਾਈ ਜੋ ਹੈ, ਬੋਰਡ ਕਾਰਪੋਰੇਸ਼ਨ ਕੋਆਪਰੇਟ ਸੋਸਾਇਟੀਜ਼ ਕਾ ਇੰਪਲਾਈਜ਼ ਜੋ ਹੈ, ਜੋ ਖੇਤੀ ਕਰਤਾ ਹੈ ਵੋ ਆਗ ਨਹੀਂ ਲਗਾਏਗਾ, ਅਗਰ ਲਗਾਏਗਾ ਤੋ ਉਸਕੇ ਖਿਲਾਫ ਕੰਡਕਟ ਰੂਲਸ ਕੇ ਤਹਿਤ ਕਾਰਵਾਈ ਕੀ ਜਾਏਗੀ। ਇਸੀ ਤਰੀਕੇ ਸੇ ਜੋ ਨੰਬਰਦਾਰ ਸਾਹਿਬਾਨ ਹੈ, ਸਰਪੰਚ ਸਾਹਿਬਾਨ ਹੈ, ਉਨਕੋ ਵੀ ਯੇ ਬਤਾਇਆ ਗਿਆ ਹੈ। ਇਸਕੇ ਬਾਅਦ ਤੀਸਰਾ ਕਾਮ ਜੋ ਹਮਨੇ ਕੀਆ ਹੈ ਵੋ ਹਮਾਰਾ ਰਿਮੋਟ ਸੈਂਸਿੰਗ ਸਟੇਸ਼ਨ ਲਗਾ ਹੁਆ ਹੈ, ਰਿਮੋਟ ਸੈਂਸਿੰਗ ਕੇ ਸਾਥ ਹਮ ਦੇਖਤੇ ਹੈ ਕਿ ਕਹਾਂ ਪੇ ਆਗ ਲਗੀ ਹੈ। ਇਸਕੇ ਸਾਥ ਕੇ ਸਾਥ ਜੋ ਹਮਾਰਾ ਪਟਵਾਰੀ, ਹਮਾਰਾ ਰੈਵਨਿਊ ਡਿਪਾਰਟਮੈਂਟ ਹੈ, ਇਸਮੇ ਪਟਵਾਰੀ ਜੋ ਹੈ ਉਨਕੋ ਹੁਕਮ ਕੀਆ ਗਿਆ ਹੈ ਕਿ ਵੋ ਹਰ ਇੱਕ ਖੇਤ ਕਾ ਦੌਰਾ ਕਰਕੇ ਦੇਖੇਂਗੇ ਕਿ ਕਹਾਂ ਪੇ ਆਗ ਲਗੀ ਹੈ, ਅਗਰ ਆਗ ਲਗੀ ਹੈ ਤੋ ਜੋ ਰੈਵਨਿਊ ਰਜਿਸਟਰ ਹੋਤੇ ਹੈ ਯੇ ਮੇਨਟੇਨ ਕਰਤੇ ਹੈ ਉਸਮੇ ਉਸਕੀ ਐਂਟਰੀ ਕਰ ਦੀ ਜਾਏਗੀ, ਔਰ ਅਗਰ ਕਹੀਂ ਪੇ ਆਗ ਲਗਤੀ ਹੈ ਤੋ ਜੈਸੇ NGT ਨੇ ਹੁਕਮ ਕੀਏ ਹੋਏ ਹੈ ਕਿ ਇੱਕ ਇਨਵਾਇਰਮੈਂਟ ਕੰਪਨਸੇਸ਼ਨ ਚਾਰਜ ਕਰਨੀ ਹੋਤੀ ਹੈ, ਜੋ 2.5 ਏਕੜ ਤੱਕ ਕਾ 2 ਏਕੜ ਤੱਕ ਕਾ ਕਿਸਾਨ ਹੈ ਉਸੇ 2500 ਰੁਪਇਆ, ਔਰ 2 ਸੇ 5 ਵਾਲਾ ਜੋ ਕਿਸਾਨ ਹੈ ਉਸੇ 5000 ਰੁਪਇਆ, 5 ਸੇ 10 ਤੱਕ 7.5 ਹਜ਼ਾਰ ਰੁਪਇਆ, ਔਰ 10 ਸੇ ਜੋ ਜ਼ਿਆਦਾ ਬੜਾ ਕਿਸਾਨ ਹੈ ਆਗ ਲਗਾਤਾ ਹੈ ਉਸੇ 15000 ਰੁਪਇਆ ਹਮ ਚਾਰਜ ਕਰਤੇ ਹੈ, ਵੋ ਵੀ ਹਮ ਚਾਰਜ ਕਰ ਰਹੇ ਹੈ। ਤੋ ਕਈ ਤਰੀਕੇ ਸੇ ਅਵੇਅਰਨੈਸ ਕੇ ਤੌਰ ਪਰ, ਟੈਕਨੋਲੋਜੀਕਲ ਇੰਟਰਵੈਂਸ਼ਨ ਔਰ ਐਡਮਿਨਿਸਟ੍ਰੇਟਿਵ ਮਈਅਰਸ, ਲੀਗਲ ਮਈਅਰਸ ਸਾਰੇ ਲੀਏ ਜਾ ਰਹੇ ਹੈ। ਤੋ ਮੇਰਾ ਖਿਆਲ ਹੈ ਕਿ ਇਸ ਵਾਰ ਪੰਜਾਬ ਮੇ
हम जो ये आग लगने वाला सिलसिला है किसानों के द्वारा उसको काफी हद तक कामयाब कर लेंगे। सर, प्रशासन अभी तो काफी कोशिश कर रहा है आग ना लगाने को लेकर, लेकिन जथेबंदियां जो वो हर जगह पे देखा, जैसे आज संगरूर और पटियाला में भी काफी जगह पर जो देखा गया कि आग लगाई जा रही है, अब तक क्यों नहीं रुक पा रहे ये लोग? देखो, कुछ किसान जथेबंदियां ये मांग कर रही हैं कि हमारे को इसको आग लगाने का जो अल्टरनेटिव है उसके लिए कुछ पैसे दिए जाएं तभी हम हटेंगे, या कुछ मशीनरी दी जाए। उनकी बात भी कुछ हद तक दुरुस्त है, लेकिन हम लगातार उनको अपील करते हैं कि वो आग ना लगाएं। किसानों को जाके उनके खेतों में समझाते हैं कि आग ना लगाएं। अगर वो आग नहीं लगाते हैं तो उससे उनका खर्चा तो थोड़ा सा बढ़ता है, पर लेकिन जितना खर्चा उनका बढ़ता है उतना ही उनको कुछ हद तक कंपनसेशन भी मिल जाती है, क्योंकि उसमें खाद कम डालनी पड़ती है। उससे अगली गेहूं की जो क्रॉप है वो एक क्विंटल से दो क्विंटल उसकी यील्ड बढ़ जाती है। तो हम इन सभी किसान जो लोग हैं जो आग लगा रहे हैं, हमारे भाई बंधु हैं, हम उनको सभी को ये अपील करते हैं कि वो आग ना लगाएं। जैसे पंजाब के लाखों लोगों ने ये फैसला किया है कि वो आग नहीं लगाएंगे, ऐसे ही जो थोड़े किसान आग लगा रहे हैं वो भी उन लोगों के साथ रल के चलें और आग ना लगाएं। क्योंकि आग लगाने से जो नुकसान होता है, जो हवा का वायु का नुकसान होता है, वो दिल्ली में तो बहुत बाद में पहुंचती है। जो धुआं है सबसे पहले तो पंजाब के लोगों के फेफड़ों में से निकलता है, उनके शरीर में से निकलता है। तो नुकसान सबसे पहले पंजाब का, उस गांव का, उस गांव के लोगों का, नज़दीक के शहर का होता है। दिल्ली में तो वो बहुत बाद में पहुँचता है। इसलिए हम अपील करते हैं किसानों को कि वो आग अपने खेतों में आग ना लगाएं। आज तक की बात करें तो अब तक कितने मामले जो है वो विभाग की निगरानी में आए हैं, कितना जो जुर्माना वो किसानों को? देखो जी, ऐसा है कि पंजाब में लगभग 35-40% तक क्रॉप जो है कटिंग हो चुकी है, तो उसमें से कोई लगभग 700 के करीब इंसिडेंट्स हैं जो हमारे नोटिस में आए हैं जहाँ पे आग लगी है। जहाँ भी इंसिडेंट नोटिस में आता है वहाँ पे हमारी कमेटीज बनी हुई हैं, जो ब्लॉक लेवल पे हैं, सब डिवीजन लेवल पे हैं, डिप्टी कमिश्नर साहबान उनकी निगरानी करते हैं। तो वो कमेटी के जो लोग हैं वो जाते हैं वहाँ पे और किसान को समझाते भी हैं, अगर आग लगी हुई है तो उसको बुझाने की कोशिश भी करते हैं किसानों के साथ, और उसके बाद अगर आग लगाई हुई है तो कंपनसेशन भी हम उनसे क्लेम करते हैं। तो लगभग इसमें से 700 केसों में से 200-300 केसों में हमने वो कंपनसेशन भी इम्पोज की है। कोई 5 लाख रुपए के करीब हमारे पास कंपनसेशन इकट्ठी हुई है। इसके अलावा डिप्टी कमिश्नर साहबान ने सेक्शन 144 में भी वो धारा है जो CRPC की, वो लगा के इसको बंद किया हुआ है। तो किसान जो आग लगाता है उसके ऊपर 188 की FIR भी दर्ज हो सकती है। तो वो सारा काम जो कमेटीज़ हैं बनी हुई वो कर रही हैं, डिप्टी कमिश्नर साहबान कर रहे हैं।